ਤੇ ਉਧਰ ਅੱਜ ਵਿਧਾਨ ਸਭਾ ਦੇ ਵਿੱਚ ਪਾਣੀਆਂ ਦੇ ਮਸਲੇ ਦੇ ਸਮੇਤ ਅਬੋਹਰ ਦਲਿਤ ਕਾਂਡ ਤੇ ਭਾਰੀ ਸ਼ੋਰ ਸ਼ਰਾਬਾ ਹੋਇਆ। ਕਾਂਗਰਸ ਪਾਰਟੀ ਨੇ ਸਿਫਰ ਕਾਲ ਦੇ ਦੌਰਾਨ ਵਾਕਆਊਟ ਕਰਕੇ ਮੁੱਖ ਮੰਤਰੀ ਬਾਦਲ ਦੇ ਮਤੇ ਤੇ ਆਪਣਾ ਰੋਸ ਜਤਾਇਆ। ਉਧਰ ਸਦਨ ਦੇ ਵਿੱਚ ਹੰਗਾਮਾ ਕਰਨ ਤੇ ਕਾਂਗਰਸ ਦੇ ਦੋ ਵਿਧਾਇਕਾਂ ਬਲਬੀਰ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਨੂੰ ਅੱਜ ਦੇ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ। ਗੌਰਤਲਬ ਹੈ ਕਿ ਦਲਿਤ ਨੌਜਵਾਨ ਭੀਮ ਟਾਂਕ ਦੇ ਕਤਲ ਮਾਮਲੇ ਵਿੱਚ ਅਬੋਹਰ ਦੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਤੇ ਇਲਜ਼ਾਮ ਲੱਗੇ ਨੇ ਅਤੇ ਕਾਂਗਰਸ ਡੋਡਾ ਨੂੰ ਅਕਾਲੀ ਦਲ ਦੀ ਸ਼ਹਿ ਤੇ ਬਚਾਉਣ ਦੇ ਦੋਸ਼ ਲਗਾ ਰਹੀ ਹੈ। ਹਾਲਾਂਕਿ ਅਕਾਲੀ ਦਲ ਪਹਿਲਾਂ ਤੋਂ ਹੀ ਡੋਡਾ ਦੇ ਨਾਲ ਸੰਬੰਧਾਂ ਨੂੰ ਇਨਕਾਰ ਕਰ ਚੁੱਕਾ ਹੈ। ਵਿਧਾਨ ਸਭਾ 'ਚ ਜਿਹੜਾ ਇਹ ਪ੍ਰਸਤਾਵ ਲੈ ਕੇ ਆਏ ਹੈ, ਮੁੱਖ ਮੰਤਰੀ ਜੀ ਨੇ ਪ੍ਰਸਤਾਵ ਰੱਖਿਆ, ਅਸੀਂ ਕੱਲ੍ਹ ਇਹ ਸਾਨੂੰ ਸਰਕੂਲੇਟ ਹੋ ਗਿਆ ਸੀ, ਅਸੀਂ ਦੇਖਿਆ ਇਹ ਸਿਵਾਏ ਪੰਜਾਬ ਦੇ ਲੋਕਾਂ ਦਾ ਔਰ ਪੰਜਾਬ ਦੇ MLA ਦਾ ਬੇਵਕੂਫ ਬਣਾਉਣ ਤੋਂ ਇਲਾਵਾ ਇਹਦੇ 'ਚ ਕੁਛ ਵੀ ਨਹੀਂ ਹੈ। ਇਹਦੇ ਵਿੱਚ ਕੁਛ ਵੀ ਐਸਾ ਨਹੀਂ ਹੈ ਜਿਹੜਾ SYL ਦਾ ਹੱਲ ਕੱਢ ਸਕੇ। ਇਹਦੇ 'ਚ ਐਸਾ ਕੁਛ ਵੀ ਨਹੀਂ ਹੈ ਜਿਹੜਾ SYL ਬਣਨ 'ਤੇ ਰੋਕ ਸਕੇ। ਨਾ ਇਹਦੇ 'ਚ ਪੰਜਾਬ ਸਰਕਾਰ ਨੂੰ ਕੋਈ ਆਦੇਸ਼ ਜਾਂ ਨਿਰਦੇਸ਼ ਜਾਂ ਉਹਨਾਂ ਨੂੰ MLAਆਂ ਵੱਲੋਂ ਕੋਈ ਮਤਾ ਪਾਸ ਕਰਨ ਨੂੰ ਜਾਂ ਰਿਕਮੈਂਡ ਕਰਨ ਨੂੰ ਕਿਹਾ ਗਿਆ, ਨਾ ਹੀ ਕੇਂਦਰ ਸਰਕਾਰ ਨੂੰ ਰਿਕਮੈਂਡ ਕਰਨ ਨੂੰ ਕਿਹਾ ਗਿਆ। ਕੋਈ ਵੀ ਮਤਾ ਜਿਹੜਾ ਹੁੰਦਾ ਉਹ ਕਿਸੇ ਨਾ ਕਿਸੇ ਨੂੰ ਰਿਕਮੈਂਡ ਕਰਦਾ ਕਿ ਤੁਸੀਂ ਇਹ ਕਹੋ, ਖਾਸ ਤੌਰ 'ਤੇ ਪੰਜਾਬ ਸਰਕਾਰ ਨੂੰ ਕਹਿਣਾ ਹੁੰਦਾ ਕਿ ਜੀ ਤੁਸੀਂ ਇਹ ਕਰੋ, ਸਾਰੇ MLAਆਂ ਨੇ ਮਿਲ ਕੇ ਸਰਬਸੰਮਤੀ ਨਾਲ ਕਹਿਣ ਜਾਂ ਬਹੁਸੰਮਤੀ ਨਾਲ ਕਹਿਣ, ਇਹਦੇ 'ਚ ਕੁਛ ਨਹੀਂ ਕਿਹਾ ਵਾ। ਦੇਖੋ ਮੈਂ ਬੜਾ ਇੰਪੋਰਟੈਂਟ ਸਵਾਲ ਸੀਗਾ ਉਹ, ਅਤੇ ਬੜੀ ਵੱਡੀ ਅਮਾਊਂਟ ਕੋਈ ਪੈਸੇ ਸਰਕਾਰ ਵੱਲ ਤੋਂ ਕੋਈ ਬਹੁਤੀ ਵੱਡੀ 1766 ਕਰੋੜ ਰੁਪਈਆ ਉਹਨਾਂ ਵਿਚਾਰਿਆਂ ਦਾ, ਮੁਲਾਜ਼ਮਾਂ ਦਾ, ਜਿਹੜੇ ਪੈਨਸ਼ਨਰ ਦਾ ਹੈ। ਦੇਖੋ ਸਰਕਾਰ ਨੇ ਉਹਦੇ ਉੱਤੇ ਕੋਈ ਆਪਣਾ ਪੱਲਾ ਨਹੀਂ ਫੜਾਇਆ, ਜਿਹੜੀ ਕਿ ਬੜੀ ਮੰਦਭਾਗੀ ਗੱਲ ਹੈ। ਜਿਹਨਾਂ ਲੋਕਾਂ ਨੇ ਸਰਕਾਰ ਵਾਸਤੇ ਬੜਾ ਲੰਬਾ ਸਮਾਂ ਸੇਵਾ ਕੀਤੀ ਹੈ ਆਪਣੇ ਸੂਬੇ ਦੀ, ਅਤੇ ਹੁਣ ਉਹ ਵਿਚਾਰੇ ਕਈ ਤਾਂ 80-90 ਸਾਲ ਦੇ ਹੋ ਚੁੱਕੇ ਨੇ, ਕਈ ਵਿਚਾਰੇ ਆਪਣੇ ਪਰਮਾਤਮਾ ਤੋਂ ਮੌਤ ਮੰਗ ਰਹੇ ਨੇ, ਲੇਕਿਨ ਜਾਂ ਕਈ ਬਿਮਾਰ ਨੇ ਬਹੁਤ ਜ਼ਿਆਦਾ, ਉਹਨਾਂ ਨੂੰ ਇਸ ਵੇਲੇ ਪੈਸੇ ਸਖ਼ਤ ਜ਼ਰੂਰਤ ਹੈਗੀ ਹੈ, ਅਤੇ ਸਰਕਾਰ ਵੱਲੋਂ ਉਹਨਾਂ ਨੂੰ ਪੈਸਾ ਨਾ ਦੇਣਾ ਇਹ ਬਹੁਤ ਮੰਦਭਾਗੀ ਅਤੇ ਉਹਨਾਂ ਦੇ ਹੱਕ ਮਾਰਨ ਵਾਲੀ ਗੱਲ ਹੈ। ਅਤੇ ਮੈਂ ਕਹਿੰਦਾ ਵੀ ਸਰਕਾਰ ਨੇ ਜੋ ਵਿਧਾਨ ਸਭਾ 'ਚ ਅੱਜ ਰੂਸ ਕੱਢਿਆ ਉਹਦੇ ਬਾਰੇ ਜਿਹੜਾ ਫਾਈਨੈਂਸ ਮਿਨਿਸਟਰ ਸੀ ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਪਿਛਲੇ 2.5 ਸਾਲ ਤੋਂ ਅੰਡਰ ਪ੍ਰੋਸੈਸ ਹੈਗਾ, ਇਹਨਾਂ ਕੋਲ ਕਾਰਾਂ ਲੈਣ ਨੂੰ ਪੈਸੇ ਹੈਗੇ ਨੇ, ਹੈਲੀਕਾਪਟਰ ਲੈਣ ਨੂੰ ਪੈਸੇ ਹੈਗੇ ਨੇ, ਇਹਨਾਂ ਕੋਲ ਹੋਰ ਆਪਣੇ ਐਸ਼ੋਸ਼ਾਮ ਵਾਸਤੇ ਪੈਸੇ ਖਰਚ ਵਾਸਤੇ ਪੈਸੇ ਹੈਗੇ ਨੇ, ਪਰ ਉਹ ਜਿਹੜੇ ਲੋਕ ਜਿਹਨਾਂ ਨੇ ਆਪਣੀ ਨੌਕਰੀ ਕੀਤੀ ਹੈ ਜਾਂ ਸੇਵਾ ਕੀਤੀ ਹੈ ਸਟੇਟ ਦੀ, ਉਹਨਾਂ ਵਾਸਤੇ ਪੈਸਾ ਨਹੀਂ ਹੈ, ਜਿਹੜਾ ਕਿ ਬਹੁਤ ਮੈਂ ਕਹਿੰਦਾ ਵੀ ਮਾੜਾ। ਔਰ ਇਹ ਜੇਕਰ ਨਹੀਂ ਕਰਨਗੇ ਤਾਂ ਕੱਲ੍ਹ ਨੂੰ ਵਿਚਾਰੇ ਸਾਰੇ ਸੜਕਾਂ 'ਤੇ ਆਉਣਗੇ ਬਜ਼ੁਰਗ। ਮੇਰੇ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਬਜ਼ੁਰਗ ਆਉਂਦੇ ਆ ਜਿਹੜੇ ਕਿ ਤੁਰ ਵੀ ਨਹੀਂ ਸਕਦੇ, ਚੱਲ ਵੀ ਨਹੀਂ ਸਕਦੇ, ਅਤੇ ਜੇ ਸਰਕਾਰ ਨੂੰ ਉਹਨਾਂ ਤਰਸ ਨਹੀਂ ਤਾਂ ਬਾਕੀ ਲੋਕ ਕਿਸੇ ਤਰਸ ਕਰਨਾ। ਕੱਲ੍ਹ SHO ਨੇ ਜਾ ਕੇ ਹਾਈ ਕੋਰਟ ਦੇ ਵਿੱਚ ਰਿਕਾਰਡ ਕਰਵਾਇਆ ਆਪਣਾ ਬਿਆਨ ਵੀ ਅਸੀਂ ਅੱਜ ਦੀ ਤਰੀਕ ਦੇ ਵਿੱਚ ਉਸ ਸਾਰੇ ਜਿਹੜੇ ਕਲਪ੍ਰੇਟਸ ਹੈਗੇ ਜਿਨ੍ਹਾਂ ਨੇ ਭੀਮ ਦਾ ਕਤਲ ਕੀਤਾ ਉਹਨਾਂ ਦੇ ਖਿਲਾਫ਼ ਚਲਾਨ ਅੱਜ ਦਾਇਰ ਕਰ ਦਿਆਂਗੇ। ਅਤੇ ਅੱਜ ਜਿਸ ਤਰ੍ਹਾਂ ਬਿਆਨ ਆ ਰਹੇ ਹੈ ਅਤੇ ਸਾਨੂੰ ਪੂਰਾ ਖਦਸ਼ਾ ਹੈ ਵੀ ਸਰਕਾਰ ਨੇ ਉੱਤੋਂ ਇੰਟਰਫੀਅਰ ਕਰਕੇ, ਹੋਮ ਮਿਨਿਸਟਰ ਸਾਹਿਬ ਨੇ ਖੁਦ ਇੰਟਰਫੀਅਰ ਕਰਕੇ ਅਤੇ ਉਹ ਚਲਾਨ ਪੇਸ਼ ਤੋਂ ਰੋਕ ਰਹੇ, ਇਹਦਾ ਕਲੀਅਰ ਕੱਟ ਸੰਦੇਸ਼ ਹੈ ਵੀ ਜਿਹੜੇ ਉਹ ਮੁਲਜ਼ਮ ਹੈਗੇ ਉਹਨਾਂ ਨੂੰ ਬੇਲ ਦਵਾਉਣ ਵਾਸਤੇ, ਜ਼ਮਾਨਤ ਮਿਲਾਉਣ ਵਾਸਤੇ ਸਰਕਾਰ ਉਹਨਾਂ ਦੀ ਮਦਦ ਕਰ ਰਹੀ ਹੈ। ਅਸੀਂ ਹਾਈ ਕੋਰਟ ਨੂੰ ਦਰਖਾਸਤ ਕਰਾਂਗੇ ਜਾ ਕੇ, ਵੀ ਵਿਲ ਟੇਕ ਲੀਗਲ ਰਿਕੋਰਸ ਵੀ ਇਹਨਾਂ ਦੇ ਖਿਲਾਫ਼। ਐਗਜੈਕਟਲੀ ਸਾਡਾ ਜਿਹੜਾ ਖਦਸ਼ਾ ਸੀਗਾ ਵੀ ਪੈਸੇ ਅਤੇ ਦਾਰੂ ਦੇ ਤਾਕਤ ਦੇ ਨਾਲ ਸਰਕਾਰ ਵਿਕੀ ਹੋਈ ਹੈ, ਦਲਿਤਾਂ ਦੇ ਉੱਤੇ ਅੱਤਿਆਚਾਰ ਹੋ ਰਿਹਾ ਅਤੇ ਸਾਨੂੰ ਇਹਦੇ 'ਤੇ ਇਨਸਾਫ਼ ਨਹੀਂ ਮਿਲ ਰਿਹਾ। ਅੱਜ ਜਿਸ ਤਰ੍ਹਾਂ ਇਹਨਾਂ ਦੇ ਦੋ ਮਿਨਿਸਟਰ ਸਾਹਿਬਾਨ, ਜਿਸ ਤਰ੍ਹਾਂ ਮਦਨ ਮੋਹਨ ਮਿੱਤਲ ਜੀ ਅਤੇ ਸੁਰਜੀਤ ਜੈਣੀ ਜੀ, ਜਿਸ ਤਰ੍ਹਾਂ ਆਈ ਥਿੰਕ ਦੇਰ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਵੀ ਖੁੱਲ੍ਹ ਕੇ ਜਿਸ ਤਰ੍ਹਾਂ ਉਹ ਦਾਰੂ ਦੇ ਠੇਕੇਦਾਰਾਂ ਦੇ ਹੱਕ 'ਚ ਬੋਲ ਰਹੇ ਸੀਗੇ। ਸਰਕਾਰ ਇੱਕ ਪਾਸੇ ਨਸ਼ਾਬੰਦੀ ਦੀ ਗੱਲ ਕਰਦੀ ਹੈ, ਦੂਜੇ ਪਾਸੇ ਠੇਕੇਦਾਰਾਂ ਦੇ ਇੱਥੇ ਵਕੀਲ ਬਣੇ ਬੈਠੇ ਹੈ।